ਸਾਡੀਆਂ ਧੀਆਂ ਭੈਣ ਨੂੰ ਗੰਦੀ ਸ਼ਬਦਾਵਲੀ ਬੋਲਣਾ ਦਿੱਤੀ ਮੁਰਦਾਬਾ ਆਪਣੇ ਏਸੀ ਨੂੰ ਨੁਕਸਾਨ ਸਾਫ਼ ਦਵਾਉਣ ਲਈ ਮੁਰਦਾਬਾ ਆਪਣੇ ਏਸੀ ਨੂੰ ਨਾਂ ਸਾਫ਼ ਦਵਾਉਣ ਵਾਲੀ ਪੁਲਿਸ ਮੁਰਦਾਬਾ ਸਾਡੀਆਂ ਧੀਆਂ ਭੈਣ ਨੂੰ ਡਾਂਡਾ ਮਰਾਉਣ ਵਾਲਾ DSP ਮੁਰਦਾਬਾ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਡਾਂਗਾ ਮਰਾਉਣ ਵਾਲਾ SHO ਮੁਰਦਾਬਾ ਮਰੀਆਂ ਜ਼ਮੀਰਾਂ ਮੁਰਦਾਬਾ ਮਰੀਆਂ ਜ਼ਮੀਰਾਂ ਮੁਰਦਾਬਾ ਲੋਈ ਪੀੜੀਆਂ ਜੋਕਾਂ ਮੁਰਦਾਬਾ DSP ਆਉਂਦਿਆਂ ਸਾਰ ਮੈਨੂੰ ਡਰਾਉਂਦਾ ਸੀ ਕਹਿੰਦਾ ਅਸੀਂ ਵੀ ਇੱਥੇ ਰਹਿਣਾ ਤੇ ਤੂੰ ਵੀ ਇੱਥੇ ਰਹਿਣਾ ਮੈਂ ਕਿਹਾ DSP ਸਾਹਿਬ ਅਸੀਂ ਮਰੀ ਜ਼ਮੀਰ ਵਾਲੇ ਨਹੀਂ ਹਾਂ ਅਸੀਂ ਲੱਤਾਂ ਬਾਹਾਂ ਤੜਾ ਕੇ ਵੀ ਜਾਗਦੀ ਜ਼ਮੀਰ ਵਾਲੇ ਰਹਿਣਾ ਤੇ ਤੁਸੀਂ ਡਾਂਗਾ ਮਾਰ ਕੇ ਵੀ ਮਰੀ ਜ਼ਮੀਰ ਵਾਲੇ ਰਹਿਣਾ ਅਸੀਂ ਇਹ ਕਹਿੰਦੇ ਕਿ ਜੇ ਤੁਹਾਡੀ ਜ਼ਮੀਰ ਇੰਨੀ ਜਾਗਦੀ ਹੈ ਅਸੀਂ ਹੱਥ ਬੰਨਦੇ ਹਾਂ ਜਾਓ ਅਸੀਂ ਵੀ ਤੁਹਾਡੇ ਨਾਲ ਹਾਂ ਆਪਣੇ ASI ਨੂੰ ਸਾਫ਼ ਦਵਾਓ ਯਾਰ ਉਹਦੀ ਜਿੱਦਾਂ ਤੁਸੀਂ ਘਰ ਵਾਲੀ ਡਰਾਲੀ ਉੱਦਾਂ ਅਸੀਂ ਡਰਨ ਵਾਲੇ ਨਹੀਂ ਜਿੱਦਾਂ ਉਹਦੀ ਮਾਂ ਭੈਣ ਡਰਾਲੀ ਨਾ ਅਸੀਂ ਕਰੋੜਾਂ ਦੀਆਂ ਲਾਲਚਾਂ 'ਚ ਆਉਣ ਵਾਲੇ ਅਤੇ ਨਾ ਹੀ ਅਸੀਂ ਡਾਂਗਾ ਤੋਂ ਡਰਨ ਵਾਲੇ ਕੀ ਲੱਗਦਾ ਆਪਣੇ ਮੁਲਾਜ਼ਮ ਨੂੰ ਜਿਹੜਾ ਹਰ ਵਕਤ ਨਾਲ ਰਹਿੰਦਾ ਸੀ ਉਸਨੂੰ ਇਨਸਾਫ਼ ਨਹੀਂ ਦਵਾ ਸਕੇ ਆਮ ਲੋਕਾਂ ਦੇ ਜੇਕਰ ਜਿਹਨਾਂ 'ਤੇ ਗੁੱਸਾ ਚੱਲਦਾ ਵਾ ਉਹਨਾਂ 'ਤੇ ਆਪਣਾ ਜ਼ੋਰ ਦਿਖਾ ਰਹੇ ਹਾਂ ਅਸੀਂ ਜੋ ਸਮਝਦੇ ਹਾਂ ਕਿ ਜਿਵੇਂ ਫੌਜਾਂ ਬਗਾਵਤ ਕਰਦੀਆਂ ਸੀ ਨਾ ਹੁਣ ਉਹ ਦਿਨ ਦੂਰ ਨਹੀਂ ਆ ਜਦੋਂ ਛੋਟੀ ਪੁਲਿਸ ਨੇ ਬਗਾਵਤ ਕਰਨੀ ਹੈ ਜਿਵੇਂ ਆਹ ਕਰ ਗਏ ਨਾ ਭਾਵੇਂ ਝੂਠੀਆਂ ਗਰੰਟੀਆਂ ਦੇ ਲਾਲਚ ਜਾਏ ਕਰ ਗਏ ਪਰ ਤੱਖੇ ਤਖਤੇ ਪਲਟਦੇ ਖੱਬੀ ਖਾਨਾਂ ਦੇ ਅਤੇ ਜਿਵੇਂ ਉਹਨਾਂ ਦੇ ਪਲਟੇ ਆ ਇਸੇ ਤਰ੍ਹਾਂ ਕਰਪਟ ਅਧਿਕਾਰੀਆਂ ਦੇ ਅਤੇ ਬ੍ਰਹਮ ਸ਼ੰਕਰ ਜਿੰਪੇ ਵਰਗਿਆਂ ਦੇ ਵੀ ਤਖਤੇ ਅਸੀਂ ਪਲਟਦੇ ਨੇ ਕੁਲਵਿੰਦਰ ਸਿੰਘ DSP ਸੀ ਇੱਕ ਇੱਥੇ SHO ਸਿਟੀ ਸੀਗਾ ਮੈਂ ਉਹਦਾ ਨਾਂ ਨਹੀਂ ਜਾਣਦਾ ਮੋਨਾ ਸੀ ਆਪਣੇ ਹੁਣ ਭਲਵਾਨ ਘੁਮਾਉਂਦਾ ਅਤੇ ਡੌਲੇ ਦਿਖਾਉਂਦਾ ਸੀ ਸਾਡੇ ਜਸਵਿੰਦਰ ਸਿੰਘ ਚੌਹਾਨ ਨੂੰ ਕਹਿੰਦਾ ਸੀ ਫਿਰ ਧੱਕ ਅਸੀਂ ਤਾਂ ਕਹਿੰਦੇ ਫਿਰ ਅਸੀਂ ਧੱਕ ਕੇ ਆ ਗਏ ਠੀਕ